ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਸਤਾਰ ਜਿੱਥੇ ਸਿੱਖੀ ਦੀ ਪਛਾਣ ਹੈ ਉੱਥੇ ਸਿੱਖੀ ਦੀ ਸ਼ਾਨ ਹੈ ਗੁਰੂ ਸਾਹਿਬ ਨੇ ਇਹ ਇਹ ਐਲਾਨ ਕੀਤਾ ਸੀ ਕਿ ਇਹਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਗੁਰੂ ਸਾਹਿਬ ਨੇ ਇਹ ਦਸਤਾਰ ਬਖਸ਼ ਕੇ ਸਿੱਖ ਕੌਮ ਨੂੰ ਜਿੱਥੇ ਵਿਲੱਖਣਤਾ ਬਖਸ਼ੀਆ ਤੇ ਉੱਥੇ ਸਰਦਾਰੀ ਵੀ ਬਖਸ਼ੀਆ ਜਿਹਨੂੰ ਸਰਦਾ ਤਾਜ ਕਿਹਾ ਜਾਂਦਾ ਪਿਛਲੇ ਸਮੇਂ ਦੇ ਵਿੱਚ ਇਹ ਦਸਤਾਰ ਦੇ ਬਾਰੇ ਵਿੱਚ ਦੁਨੀਆ ਦੇ ਅੰਦਰ ਕਈ ਤਰ੍ਹਾਂ ਦੇ ਪਰੰਪਰੇਖੇ ਸਨ ਜਿਦੇ ਵਿੱਚ ਫਰਾਂਸ ਦੇ ਅੰਦਰ ਦਸਤਾਰ ਦਾ ਇਸ਼ੂ ਬਹੁਤ ਵੱਡੇ ਪੱਧਰ ਤੇ ਚੱਲਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਕਰੀਬ 2008 ਤੋਂ ਲੈ ਕੇ ਇਹ ਸਰਕਾਰਾਂ ਨਾਲ ਤੇ ਫਰਾਂਸ ਦੀ ਐਮਬੈਸੀ ਨਾਲ ਇਸ ਗੱਲ ਲਈ ਲੜਾਈ ਲੜੀ ਆ ਸੋ ਅੱਜ ਦੇ ਦਿਨ ਜਿਹੜਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਾਂ ਉਹਨਾਂ ਦੇ ਜਿਹੜੇ ਹਮਾਇਤੀ ਕੁਝ ਸਿੱਖ ਜਿਹੜੇ ਜਿਹੜੇ ਬੀਜੇਪੀ 'ਚ ਬੈਠੇ ਆ ਉਹ ਇਸ ਗੱਲ ਲਈ ਬਹੁਤ ਵੱਡੀਆਂ ਉੱਚੀ ਸੁਰ ਦੇ ਵਿੱਚ ਗੱਲਾਂ ਕਰਦੇ ਨੇ ਕਿ ਜਿਹੜੇ ਮੋਦੀ ਸਾਹਿਬ ਆ ਉਹ ਸਿੱਖਾਂ ਦੇ ਪ੍ਰਤੀ ਬਹੁਤ ਵਫਾਦਾਰ ਨੇ ਤੇ ਸਿੱਖਾਂ ਦੇ ਮਸਲੇ ਲਈ ਉਹ ਬਹੁਤ ਚਿੰਤਤ ਨੇ ਅਸੀਂ ਅੱਜ ਉਹਨਾਂ ਨੂੰ ਇਹ ਸਾਰਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਫਰਾਂਸ ਦੇ ਜਿਹੜੇ ਰਾਸ਼ਟਰਪਤੀ ਆ ਉਹ ਜੀ20 ਦੇ ਇਸ ਸਮਿਟ ਦੇ ਵਿੱਚ ਦਿੱਲੀ ਪਹੁੰਚ ਚੁੱਕੇ ਆ ਤੇ ਉੱਥੇ ਮੋਦੀ ਸਾਹਿਬ ਦੇ ਨਾਲ ਉਹਨਾਂ ਦੀ ਮੀਟਿੰਗ ਵੀ ਹੋਣੀ ਆ ਭਾਵੇਂ ਕਿ ਕਈ ਤਰ੍ਹਾਂ ਦੇ ਜਿਹੜੇ ਦਸਤਾਰ ਦੇ ਇਸ਼ੂ ਆ ਉਹ ਹਲ ਵੀ ਹੋਇਆ ਸ਼ਰੂਮੀ ਕਮੇਟੀ ਦੇ ਇਸ ਦਬਾਅ ਦੇ ਨਾਲ ਦੇ ਸਿੱਖ ਸੰਗਤ ਦੇ ਦੁਨੀਆ ਦੇ ਦੁਨੀਆ ਪਰਚੋਂ ਆਏ ਜਿਹੜੇ ਦਬਾਅ ਦੇ ਕਰਕੇ ਪਰ ਇੱਕ ਗੱਲ ਦੇਖਣ ਵਾਲੀ ਆ ਕਿ ਜਿਹੜੇ ਬੱਚੇ ਆ ਜਿਹੜੇ ਪੁੰਗਰ ਰਹੀ ਫਲਵਾੜੀ ਆ ਪੁੰਗਰ ਰਹੀ ਪਨੀਰੀ ਆ ਜਿਹੜੀ ਸਿੱਖ ਆਉਂਦੀ ਉਹਨਾਂ ਤੇ ਅੱਜ ਵੀ ਦਸਤਾਰ ਦੀ ਪਾਬੰਦੀ ਸਕੂਲ ਵਿੱਚ ਦਸਤਾਰ ਦੀ ਪਾਬੰਦੀ ਜਿਹੜੀ ਆ ਫਰਾਂਸ ਦੇ ਵਿੱਚ ਲੱਗੀ ਹੋਈ ਆ ਅਸੀਂ ਚਾਹਾਂਗੇ ਕਿ ਮੋਦੀ ਸਾਹਿਬ ਅੱਜ ਜਦੋਂ ਕਿ ਫਰਾਂਸ ਦੇ ਰਾਸ਼ਟਰਪਤੀ ਇੱਥੇ ਆਉਂਦੇ ਆ ਕਿਉਂਕਿ ਸਿੱਖਾਂ ਦਾ ਬਹੁਤ ਵੱਡਾ ਰੋਲ ਆ ਇਸ ਦੇਸ਼ ਦੀ ਆਜ਼ਾਦੀ ਲਈ ਤੇ ਦੇਸ਼ ਦੇ ਮਾਣ ਵਧਾਉਣ ਲਈ ਹਰ ਖੇਤਰ ਦੇ ਅੰਦਰ ਸਿੱਖਾਂ ਦੇ ਇਸ ਮਾਮਲੇ ਨੂੰ ਉਹ ਜ਼ਰੂਰ ਕਿਨਾਂ ਫਰਾਂਸ ਦੇ ਰਾਸ਼ਟਰਪਤੀ ਨਾਲ ਗੈਣਾ ਮਿਲ ਕੇ ਉਹਨਾਂ ਨੂੰ ਇਸ ਮਸਲੇ ਦਾ ਹੱਲ ਕਰਾਉਣਗੇ ਕਿਉਂਕਿ ਜੇ ਬੱਚਾ ਹੀ ਸਾਡਾ ਆਪਣੀ ਸਾਡੀ ਸਿੱਖੀ ਪਹਿਰਾਵਾ ਤੇ ਪੇਸ਼ ਪੂਛਾ ਨੂੰ ਨਹੀਂ ਅਪਣਾ ਸਕੇਗਾ ਤਾ ਫਿਰ ਉਹ ਅੱਗੇ ਆਉਣ ਵਾਲੀ ਜ਼ਿੰਦਗੀ ਵਿੱਚ ਇਸ ਗੱਲ ਲਈ ਪਰਪੱਕ ਨਹੀਂ ਹੋ ਸਕਦਾ ਸੋ ਇੱਕ ਸਿੱਖੀ ਸ਼ਾਨ ਦਾ ਜਿਹੜਾ ਪ੍ਰਤੀਕ ਹੈ ਦਸਤਾਰ ਉਹ ਸਕੂਲਾਂ ਦੇ ਵਿੱਚ ਅੱਜ ਵੀ ਬੈਨ ਹੈ ਫਰਾਂਸ ਦੇ ਅੰਦਰ ਉਸ ਦੇ ਵਾਸਤੇ ਅਸੀਂ ਚਾਹਾਂਗੇ ਕਿ ਮੋਦੀ ਸਾਹਿਬ ਦਾ ਗੁਣਗਾਨ ਕਰਨ ਵਾਲੇ ਜਿਹੜੇ ਬੀਜੇ ਵਿੱਚ ਬੈਠੇ ਸਿੱਖ ਚੇਰੇ ਆ ਉਹ ਇਸ ਦਾ ਮਸਲੇ ਹੱਲ ਕਰਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਤਾਰ ਜਿੱਥੇ ਸਿੱਖੀ ਦੀ ਪਛਾਣ ਹੈ ਉੱਥੇ ਸਿੱਖੀ ਦੀ ਸ਼ਾਨ ਹੈ ਗੁਰੂ ਸਾਹਿਬ ਨੇ ਇਹ ਇਹ ਐਲਾਨ ਕੀਤਾ ਸੀ ਕਿ ਇਹ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਗੁਰੂ ਸਾਹਿਬ ਨੇ ਇਹ ਦਸਤਾਰ ਬਖਸ਼ ਕੇ ਸਿੱਖ ਕੌਮ ਨੂੰ ਜਿੱਥੇ ਵਿਲੱਖਣਤਾ ਬਖਸ਼ੀ ਆ ਤੇ ਉਥੇ ਸਰਦਾਰੀ ਵੀ ਬਖਸ਼ੀ ਆ ਜਿਹਨੂੰ ਸਰਦਾ ਤਾਜ ਕਿਹਾ ਜਾਂਦਾ ਪਿਛਲੇ ਸਮੇਂ ਦੇ ਵਿੱਚ ਇਹ ਦਸਤਾਰ ਦੇ ਬਾਰੇ ਵਿੱਚ ਦੁਨੀਆ ਦੇ ਅੰਦਰ ਕਈ ਤਰ੍ਹਾਂ ਦੇ ਭਰਮ ਪਲੇਖੇ ਸਨ ਜਿਦੇ ਵਿੱਚ ਫਰਾਂਸ ਦੇ ਅੰਦਰ ਦਸਤਾਰ ਦਾ ਇਸ਼ੂ ਬਹੁਤ ਵੱਡੇ ਪੱਧਰ ਤੇ ਚੱਲਿਆ ਤੇ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕਰੀਬ 2008 ਤੋਂ ਲੈ ਕੇ ਇਹ ਸਰਕਾਰਾਂ ਨਾਲ ਤੇ ਫਰਾਂਸ ਦੀ ਐਮਬੈਸੀ ਨਾਲ ਇਸ ਗੱਲ ਲਈ ਲੜਾਈ ਲੜੀ ਆ। ਸੋ ਅੱਜ ਦੇ ਦਿਨ ਜਿਹੜਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਾਂ ਉਹਨਾਂ ਦੇ ਜਿਹੜੇ ਹਮਾਇਤੀ ਕੁਝ ਸਿੱਖ ਚਿਹਰੇ ਜਿਹੜੇ ਭਾਜਪਾ 'ਚ ਬੈਠੇ ਆ ਉਹ ਇਸ ਗੱਲ ਲਈ ਬਹੁਤ ਵੱਡੀਆਂ ਉੱਚੀ ਸੁਰ ਦੇ ਵਿੱਚ ਗੱਲਾਂ ਕਰਦੇ ਨੇ ਕਿ ਜਿਹੜੇ ਮੋਦੀ ਸਾਹਿਬ ਆ ਉਹ ਸਿੱਖਾਂ ਦੇ ਪ੍ਰਤੀ ਬਹੁਤ ਵਫਾਦਾਰ ਨੇ ਤੇ ਸਿੱਖਾਂ ਦੇ ਮਸਲੇ ਲਈ ਉਹ ਬਹੁਤ ਚਿੰਤਤ ਨੇ। ਅਸੀਂ ਅੱਜ ਉਹਨਾਂ ਨੂੰ ਇਹ ਸਾਰਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਫਰਾਂਸ ਦੇ ਜਿਹੜੇ ਰਾਸ਼ਟਰਪਤੀ ਆ ਉਹ ਜੀ20 ਦੇ ਇਸ ਸਮਿਟ ਦੇ ਵਿੱਚ ਦਿੱਲੀ ਪਹੁੰਚ ਚੁੱਕੇ ਆ ਤੇ ਉੱਥੇ ਮੋਦੀ ਸਾਹਿਬ ਦੇ ਨਾਲ ਉਹਨਾਂ ਦੀ ਮੀਟਿੰਗ ਵੀ ਹੋਣੀ ਆ ਭਾਵੇਂ ਕਿ ਕਈ ਤਰ੍ਹਾਂ ਦੇ ਜਿਹੜੇ ਦਸਤਾਰ ਦੇ ਇਸ਼ੂ ਆ ਉਹ ਹਲ ਵੀ ਹੋਇਆ ਸ਼ਰੋਣੀ ਕਮੇਟੀ ਦੇ ਇਸ ਦਬਾਅ ਦੇ ਨਾਲ ਤੇ ਸਿੱਖ ਸੰਗਤ ਦੇ ਦੁਨੀਆ ਦੁਨੀਆ ਪਰਚੋਂ ਆਏ ਜਿਹੜੇ ਦਬਾਅ ਦੇ ਕਰਕੇ ਪਰ ਇੱਕ ਗੱਲ ਦੇਖਣ ਵਾਲੀ ਆ ਕਿ ਜਿਹੜੇ ਬੱਚੇ ਆ ਜਿਹੜੇ ਪੁੰਗਰ ਨਹੀਂ ਫਲਵਾੜੀ ਆ ਪੁੰਗਰ ਨਹੀਂ ਪਨੀਰੀ ਆ ਜਿਹੜੀ ਸਿੱਖ ਆਉਂਦੀ ਉਹਨਾਂ ਤੇ ਅੱਜ ਵੀ ਦਸਤਾਰ ਦੀ ਪਵੰਦੀ ਸਕੂਲ ਵਿੱਚ ਦਸਤਾਰ ਦੀ ਪਵੰਦੀ ਜਿਹੜੀ ਆ ਫਰਾਂਸ ਦੇ ਵਿੱਚ ਲੱਗੀ ਹੋਈ ਆ ਅਸੀਂ ਚਾਹਾਂਗੇ ਕਿ ਮੋਦੀ ਸਾਹਿਬ ਅ ਅੱਜ ਜਦੋਂ ਕਿ ਫਰਾਂਸ ਦੇ ਰਾਸ਼ਟਰਪਤੀ ਇੱਥੇ ਆਉਂਦੇ ਆ ਕਿਉਂਕਿ ਸਿੱਖਾਂ ਦਾ ਬਹੁਤ ਵੱਡਾ ਰੋਲ ਆ ਇਸ ਦੇਸ਼ ਦੀ ਆਜ਼ਾਦੀ ਲਈ ਤੇ ਦੇਸ਼ ਦੇ ਮਾਣ ਵਧਾਉਣ ਲਈ ਹਰ ਖੇਤਰ ਦੇ ਅੰਦਰ ਸਿੱਖਾਂ ਦੇ ਇਸ ਮਾਮਲੇ ਨੂੰ ਉਹ ਜ਼ਰੂਰ ਕਿਨਾਂ ਫਰਾਂਸ ਦੇ ਰਾਸ਼ਟਰਪਤੀ ਨਾਲ ਇਹ ਗੁਰਾਂ ਮਿਲ ਕੇ ਉਹਨਾਂ ਨੂੰ ਇਸ ਮਸਲੇ ਦਾ ਹੱਲ ਕਰਾਉਣਗੇ ਕਿਉਂਕਿ ਜੇ ਬੱਚਾ ਹੀ ਸਾਡਾ ਆਪਣੀ ਸਾਡੀ ਸਿੱਖੀ ਪਹਿਰਾਵਾ ਤੇ ਪੇਸ਼ ਪੂਛਾ ਨੂੰ ਨਹੀਂ ਅਪਣਾ ਸਕੇਗਾ ਤਾਂ ਫਿਰ ਉਹ ਅੱਗੇ ਆਉਣ ਵਾਲੀ ਜ਼ਿੰਦਗੀ ਵਿੱਚ ਇਸ ਗੱਲ ਲਈ ਪਰਪੱਕ ਨਹੀਂ ਹੋ ਸਕਦਾ ਸੋ ਇੱਕ ਸਿੱਖੀ ਸ਼ਾਨ ਦਾ ਜਿਹੜਾ ਪ੍ਰਤੀਕ ਹੈ ਦਸਤਾਰ ਉਹ ਸਕੂਲਾਂ ਦੇ ਵਿੱਚ ਅੱਜ ਵੀ ਬੈਨ ਹੈ ਫਰਾਂਸ ਦੇ ਅੰਦਰ ਉਸ ਦੇ ਵਾਸਤੇ ਅਸੀਂ ਚਾਹਾਂਗੇ ਕੀ ਮੋਦੀ ਸਾਹਿਬ ਦਾ ਗੁਣਗਾਨ ਕਰਨ ਵਾਲੇ ਜਿਹੜੇ ਬੀਜੇ ਵਿੱਚ ਬੈਠੇ ਸਖਚੇ ਰਿਆ ਉਹ ਇਸ ਦਾ ਮਸਲੇ ਹੱਲ ਕਰਾਉਣ